ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅਤੇ ਮੈਂ ਹਾਂ ਭਾਵਨਾ। ਕੁਵੈਤ ਦੇ ਵਿੱਚ ਅੱਗ ਹਾਦਸੇ ਦੇ ਵਿੱਚ ਮਾਰੇ ਗਏ ਭਾਰਤੀਆਂ ਦੀ ਮਦਦ ਲਈ ਮੋਦੀ ਸਰਕਾਰ ਅੱਗੇ ਆਈ ਹੈ। ਮੋਦੀ ਸਰਕਾਰ ਦੇ ਵੱਲੋਂ ਪਰਿਵਾਰਾਂ ਨੂੰ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਅਤੇ 2-2 ਲੱਖ ਰੁਪਏ ਰਾਸ਼ੀ ਜਿਹੜੀ ਆ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਇਹ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਜਿੱਥੇ ਐਲਾਨ ਵੀ ਕੀਤਾ ਗਿਆ ਤਾਂ ਉੱਥੇ ਹੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਝੁਲਸੇ ਭਾਰਤੀਆਂ ਦੇ ਹਾਲਾਤ ਜਾਣਨ ਲਈ ਕੁਵੈਤ ਪਹੁੰਚੇ ਨੇ ਅਤੇ ਕੁਵੈਤ 'ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਲਿਆਉਣ ਦੇ ਪ੍ਰਬੰਧ ਵੀ ਕੀਤੇ ਜਾਣਗੇ। ਕੁਵੈਤ 'ਚ ਭਾਰਤੀ ਸਫਾਰਤਖਾਨਾ ਸਥਿਤੀ 'ਤੇ ਨਜ਼ਰ ਰੱਖ ਕੇ ਅਧਿਕਾਰੀਆਂ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦੱਸਦੇ ਕਿ ਕੁਵੈਤ ਦੇ ਵਿੱਚ 6 ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 39 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਮਾਰਤ 'ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਜਿਸ ਇਮਾਰਤ ਦੇ ਵਿੱਚ ਇਹ ਅੱਗ ਲੱਗੀ ਸੀ ਉਸ ਇਮਾਰਤ ਦੇ ਵਿੱਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤੀਆਂ ਦੀ ਮੌਤ ਜਿਹੜੀ ਹੈ ਧੂਏ ਨਾਲ ਦਮ ਘੁੱਟਣ ਕਾਰਨ ਹੋਈ ਹੈ ਅਤੇ ਬਚਾਅ ਕਾਰਜਾਂ ਦੌਰਾਨ 5 ਅੱਗ ਬਚਾਓ ਜਿਹੜੇ ਕਰਮਚਾਰੀ ਸੀਗੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਆ ਅਤੇ ਕੁਵੈਤ ਸਰਕਾਰ ਨੇ ਘਟਨਾ ਦੀ ਜਾਂਚ ਦੇ ਜਿਹੜੇ ਆ ਹੁਕਮ ਦਿੱਤੇ ਆ, ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਆ, ਪੂਰੀ ਪੁਖਤਾ ਜਾਂਚ ਕਰਨ ਦੇ ਕੁਵੈਤ ਸਰਕਾਰ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਅੱਗੇ ਇਹ 6 ਮੰਜ਼ਿਲਾ ਇਮਾਰਤ ਦੇ ਵਿੱਚ ਕਿਸ ਤਰ੍ਹਾਂ ਲੱਗੀ ਆ, ਕਿਵੇਂ ਲੱਗੀ ਆ, ਪੂਰੀ ਜਿਹੜੀ ਹੈ ਜਾਂਚ ਕੀਤੀ ਜਾਵੇ ਅਤੇ ਉਹਨਾਂ ਨੂੰ ਰਿਪੋਰਟ ਜਿਹੜੀ ਹੈ ਸੌਂਪੀ ਜਾਵੇ ਅਤੇ ਕੁਵੈਤ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ। ਤਾਂ ਉੱਥੇ ਹੀ ਭਾਰਤੀ ਜਿਹੜੇ ਸੀਗੇ ਉਹ ਨੌਜਵਾਨ ਜਿਹਨਾਂ ਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਮੋਦੀ ਸਰਕਾਰ ਅੱਗੇ ਹੈ। ਸਰਕਾਰ ਦੇ ਵੱਲੋਂ ਉਹਨਾਂ ਨੂੰ 2-2 ਲੱਖ ਰੁਪਏ ਦਾ ਐਲਾਨ ਜਿਹੜਾ ਕੀਤਾ ਗਿਆ ਹੈ ਅਤੇ ਸਰਕਾਰ ਦੇ ਵੱਲੋਂ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਝੁਲਸੇ ਭਾਰਤੀਆਂ ਦੇ ਹਾਲਾਤ ਜਿਹੜੇ ਜਾਣਨ ਵਾਸਤੇ ਉੱਥੇ ਕੁਵੈਤ ਪਹੁੰਚੇ ਨੇ ਅਤੇ ਕੁਵੈਤ 'ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਲਿਆਉਣ ਦੀ ਵੀ ਜਿਹੜੀ ਆ ਇਹ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਮੁਲਕ ਲਿਆ ਕੇ ਉਹਨਾਂ ਦੀਆਂ ਦੇਹਾਂ ਜਿਹੜੇ ਕੁਵੈਤ 'ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਲਿਆਉਣ ਦੇ ਪ੍ਰਬੰਧ ਜਿਹੜੇ ਆ ਪੂਰੇ ਇਹ ਕੀਤੇ ਜਾ ਰਹੇ ਨੇ। ਕੁਵੈਤ 'ਚ ਭਾਰਤੀ ਸਫਾਰਤਖਾਨਾ ਸਥਿਤੀ 'ਤੇ ਨਜ਼ਰ ਰੱਖ ਕੇ ਅਧਿਕਾਰੀਆਂ ਨਾਲ ਗੱਲਬਾਤ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਅਤੇ ਕੁਵੈਤ ਦੇ ਦੱਖਣੀ ਅਹਿਮਦੀ ਗਵਰਨਰੇਟ ਦੇ ਮੰਗਾ ਖੇਤਰ ਦੇ ਵਿੱਚ ਇਮਾਰਤ ਦੀ ਰਸੋਈ 'ਚ ਅੱਗ ਲੱਗ ਗਈ ਹੈ ਅਤੇ ਅੱਗ ਦਾ ਕਾਰਨ ਨਿਯਮਾਂ ਦੀ ਉਲੰਘਣਾ ਨਿਰਮਾਣ ਕੰਪਨੀ NBTC ਨੇ 195 ਤੋਂ ਵੱਧ ਮਜ਼ਦੂਰਾਂ ਲਈ ਇਮਾਰਤ ਕਿਰਾਏ 'ਤੇ ਲਈ ਹੋਈ ਸੀ ਜਿਸ ਇਮਾਰਤ ਨੂੰ ਇਹ ਅੱਗ ਲੱਗੀ ਹੈ। 6 ਮੰਜ਼ਿਲਾ ਇਮਾਰਤ ਸੀ ਅਤੇ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਭਾਰਤ ਦੇ ਮਜ਼ਦੂਰ ਸਨ। ਇਸ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਹਾਦਸੇ ਸੰਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਨੇ। ਕੁਵੈਤ ਦੀ ਕੁੱਲ ਆਬਾਦੀ 'ਚ ਭਾਰਤੀਆਂ ਦੀ ਗਿਣਤੀ 21% ਅਤੇ 10 ਲੱਖ ਦੱਸੀ ਜਾ ਰਹੀ ਹੈ। ਕੁਵੈਤ ਵਿਚਲੇ ਕੁੱਲ ਮਜ਼ਦੂਰਾਂ ਦੇ ਵਿੱਚੋਂ ਭਾਰਤੀ ਕਾਮਿਆਂ ਦੀ ਗਿਣਤੀ ਦੀ ਗੱਲ ਕਰ ਲਈਏ ਤਾਂ 30% ਜਿਹੜੇ ਆ 9 ਲੱਖ ਭਾਰਤੀ ਸਫੀਰ ਆਦਰਸ਼ ਸਹਾਇਕ ਨੇ ਮੌਕੇ ਦਾ ਜਾਇਜ਼ਾ ਵੀ ਲਿਆ ਅਤੇ ਹਸਪਤਾਲਾਂ ਦੇ ਵਿੱਚ ਜਿਹੜੇ ਭਾਰਤੀ ਮੁਲਾਜ਼ਮਾਂ ਦਾ ਹਾਲ ਜਾਣਿਆ ਅਤੇ ਉਹਨਾਂ ਦੇ ਜਿਹੜੀ ਇਹ ਕਾਰਵਾਈ ਹੋਈ ਆ ਇਸ 'ਤੇ ਜਿਹੜਾ ਹਾਦਸਾ ਹੋਇਆ ਇਸ 'ਤੇ ਕਾਰਵਾਈ ਕਰਨ ਦੇ ਵੀ ਆਦੇਸ਼ ਜਿਹੜੇ ਆ ਉਹ ਦਿੱਤੇ ਗਏ ਨੇ। ਕੁਵੈਤ 'ਚ ਦੱਸਦੇ ਗਏ 6 ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 39 ਵਿਅਕਤੀਆਂ ਦੀ ਜਿਹੜੀ ਆ ਮੌਤ ਹੋ ਗਈ, ਜਿਸ ਤੋਂ ਬਾਅਦ ਕਿ ਜਿਹੜੇ ਭਾਰਤੀ ਉਸਦੇ ਵਿੱਚ ਸੀਗੇ ਭਾਰਤੀਆਂ ਦੀ ਮੌਤ ਹੋਈ ਹੈ। ਜਿਹੜੀ ਮੋਦੀ ਸਰਕਾਰ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ। 2-2 ਲੱਖ ਰੁਪਏ ਰਾਸ਼ੀ ਜਿਹੜੀ ਆ ਇਹਨਾਂ ਰਾਸ਼ੀ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਹੈ।